ਉਹ ਕਿਹੋ ਜਿਹਾ ਵੇਲਾ ਉਹ ਸੀ ਜਿੱਦਾਂ ਗਾਜ਼ੀ ਰੋਂਦਾ ਖੜਾ ਉਹ ਸੀ ਮੇਰੇ ਮੌਲਾ ਹੁਸੈਨ ਗੱਲ ਚ ਮਾਈ ਪੈਨ ਰੋ ਕੇ ਆਦਨ ਜਰਨੈਲ ਜੀ ਅੱਛਾ ਮੈਂ ਨੌਕਰਾਂ ਇਹੋ ਲਫਜ਼ਾ ਦਾ ਇਹੋ ਲਫਜ਼ ਜੀ ਸਦਕਾ ਅੱਛਾ ਮੈਂ ਨੌਕਰਾਂ ਖੁਦਾ ਜਾਣਦਾ ਜ਼ਰੂਰ ਪਣਾ ਬੰਦ ਲੇਕਿਨ ਇੱਕ ਜੁਮਲੇ ਦਾ ਜਵਾਬ ਦੇ ਇੱਕ ਜੁਮਲੇ ਦਾ ਜਵਾਬ ਦੇ ਕਾਇਨਾਤ ਚ ਮਾਂ ਸਿਵਾ ਹੁਜਤ ਖੁਦਾ ਦੇ ਮੈਂ ਹਮੇਸ਼ਾ ਦਉਨਾ ਕਹਿਣ ਦੀ ਜੁਰਤ ਨਹੀਂ ਰਤ ਰੋਣ ਵਾਲੇ ਆਕਾ ਦੇ ਸਿਵਾ ਕੋਈ ਦੱਸਾ ਸਕੇ ਜੋ ਮੌਲਾ ਅੱਬਾਸ ਦੇ ਹੱਥ ਕਿਤਨਾ ਕੀਮਤੀ ਹਨ ਵੱਖਰੀ ਜਾਤ ਤੇ ਅਲਮਾਲ ਦੇ ਹੱਥਾਂ ਕੋ ਨੱਪ ਕੇ ਹਾਂ ਨਾਲ ਲਈ ਖੜੇ ਵੱਲ ਅੱਖਾਂ ਤੇ ਲੈਂਦਾ ਵੱਲ ਬੋਸਾ ਵੱਲ ਹਾਂ ਨਾਲ ਲੈਂਦਾ ਠੱਡਾ ਸਾਫ ਰਹਿੰਦਾ ਮੌਲਾ ਮਾਲਿਕ ਮਾਲਿਕ ਇਹ ਨੌਕਰ ਦੇ ਹੱਥ ਮੌਲਾ ਫਰਮੈਂਦੇ ਨੇ ਇੰਨੀ ਤੇ ਲਹਜ਼ੇ ਦੇ ਮਹਿਮਾਨ ਖੁਦਾ ਜਾਣਦਾ ਏ ਹਿੱਕੇ ਜੁਮਲੇ ਤੂੰ ਅੰਦਾਜ਼ਾ ਕਰ ਜੋ ਕਿਤਨਾ ਕੀਮਤੀ ਹੱਥਾਂ ਨਾਲ ਫਦਲੇ ਲੱਭਾ ਉਸਦੇ ਰੋਂਦਾ ਖੜਾ ਏ ਇਮਾਮ ਹੁਸੈਨ ਫਰਮੈਂਦੇ ਨੇ ਤੇਰੇ ਹੱਥਾਂ ਦੇ ਹੋ ਬੇਕਸ ਤਈ ਭਲਾ ਕਹਿੰਦੇ ਹੱਥ ਆ ਸਕਦੇ ਓਏ ਦੁਆ ਕਰੇ ਸੇ ਖੁਦਾ ਜਾਣਦਾ ਹਜ ਸਾਹਿਬ ਇਸ ਤੋਂ ਜ਼ਿਆਦਾ ਕਿਹੜਾ ਜੁਮਲਾ ਆਪਣਾ ਇਮਾਮ ਹੁਸੈਨ ਅਲੈਹ ਸਲਾਮ ਇਮਾਮ ਹੁਸੈਨ ਮੌਲਾ ਸਦਕਾ ਚੌਡਨ ਦਾ ਇਹ ਸ਼ਾਇਖ ਖੁਰਾਸਾਨ ਸਾਹਿਬ ਇਹਨਾਂ ਦੀ ਲਾਈਵ ਡਿਊਟੀ ਕਬੂਲ ਕਰਨ ਭਰਾਵਾਂ ਦੇ ਜੋੜ ਸਲਾਮਤ ਹੋਣ ਮੈਂ ਜਨਾਬ ਕੋਸ਼ਿਸ਼ ਕਰੇ ਨਾ ਖੁਦਾ ਜਾਣਦਾ ਕੋਸ਼ਿਸ਼ ਕਰੇ ਨਾ ਹੁਕਮ ਦੀ ਤਾਮੀਲ ਹੋਵੇ ਇੱਕ ਗੱਲ ਦਾ ਜਵਾਬ ਤਰੇ ਇੱਕ ਗੱਲ ਦਾ ਜਵਾਬ ਮੈਂ ਆਖੇ ਤੇਰੇ ਹੱਥਾਂ ਦੇ ਹੋਂਦਿਆਂ ਬੇਕਸਤਾਈ ਭਲਾ ਕਹਿੰਦੇ ਹੱਥ ਆ ਸਕਦੇ ਇਮਾਮ ਹੁਸੈਨ ਫਰਮਾਏ ਤੇਰੇ ਬਾਅਦ ਹਰ ਕਹੀਂ ਮੈਂ ਕੁਮਾਰਨਾ ਹੈ ਰਿਸ਼ਾਨ ਭਾਈ ਖੁਦਾ ਜਾਣਦਾ ਏ ਭਾਈ ਹੁਣ ਸਬਰ ਖੁਦਾ ਜਾਣਦਾ ਏ ਇਮਾਮ ਹੁਸੈਨ ਅਲੈਹ ਸਲਾਮ ਇਤਨਾ ਗੁਰਬਤ ਸੁਣਾ ਤਾਂ ਕੀਤੀਏ ਭਰਾ ਅੱਬਾਸ ਕੋ ਜੋ ਤੇਰੇ ਬਾਅਦ ਹਰ ਕਹੀਂ ਮੈਂ ਕੂੰ ਪਾਕ ਸੈਣ ਤਾਈਆ ਗੱਲ ਹੀ ਸ਼ਰਮਾ ਤੂੰ ਨਹੀਂ ਦੱਸ ਹਯਾ ਵਾਲੀ ਨਹੀਂ ਦੱਸ ਸਕੀ ਜੋ ਤੇਰੇ ਬਾਅਦ ਹਰ ਕਹੀਂ ਖੁਦਾ ਜਾਣਦਾ ਏ ਇਮਾਮ ਹੁਸੈਨ ਅਲੈਹ ਸਲਾਮ ਦੀ ਦੁਆ ਹੁਸੈਨ ਇਰਾਦਤੁਲਲਾ ਅੱਲਾਹ ਦਾ ਇਰਾਦਾ ਹੈ ਮਰਜ਼ਾਤੁਲਲਾ ਖੁਦਾ ਜਾਣਦਾ ਇਮਾਮ ਹੁਸੈਨ ਜੋ ਫਰਮਾਏ ਤੇਰੇ ਸਾਏ ਦੀ ਵੀ ਖੈਰ ਹੋਵੇ ਇਹ ਦੁਆ ਮਜ਼ਲੂਮ ਕਰਬਲਾ ਦੀ ਪਤਾ ਕਿਹੜੇ ਰੰਗ ਚ ਮਾਸ਼ਰ ਦੇ ਦੀ ਤਈ ਅਲਮ ਦਾ ਸਾਇਆ ਘਟਣਾ ਨਹੀਂ ਜਿਹੜਾ ਬੰਦਾ ਅਲਮ ਲੈਂਦਾ ਨਾ ਦਰ ਤੇ ਕੋਈ ਪੁੱਛੇ ਕਿਆ ਲੈ ਅਲਮ ਅੱਬਾਸ ਮੈਂ ਤਾਂ ਮੌਲਾ ਦੀ ਛਾਂ ਥੱਲੇ ਬੈਠਾ ਕੋਈ ਘਟਿਆ ਸਾਇਆ ਅਲਮਾਲੇ ਦਾ ਅਜ਼ਾਦਾਰ ਬੈਠੇ ਹੋ ਕੋਈ ਪੁੱਛੇ ਕਿਆ ਲਾਇਆ ਹੋਇਆ ਤੁਸਾਂ ਘਰਾਂ ਤੇ ਅਲਮ ਲੈਂਦੇ ਹੋ ਕੋਈ ਜੋ ਪੁੱਛਦਾ ਕਿਆ ਲਾਇਆ ਹੋਵੇ ਤੁਸਾਂ ਕਿਆ ਜਵਾਬ ਦਿੰਦੇ ਹੋ
علامہ عباس آدساواں مولا حسین علیہ السلام دی مقدس نگاہ وچ سرکار وفات دے علم دی کیا اہمیت ہے. روندے کھڑے نہ دے کھڑے تیڈا علم تیڈا علم بلند نہیں چن غازی اے تا بخت کھڑا ہے میری بھیڑی حق نہیں نہ دوے خدا جاندا ہے ہر فکر تے مکینا لیکن ایک حکم کیتا سی مولا عباس دی شہادت دے بعد مولا عباس کیڑی کیڑی روایت سناواں خدا جسائن معصوما دا ایک جملہ متصل کرن دی کوشش کرے نا مشک پائی کھڑے علماء اللہ سرکار وفا دی مشک کو دیکھ کے امام جان دیتا ہو نا مشک گئے پوائی مشک گئے جان دے ہو نا امام حسین علیہ السلام فرمیند نے چاہ مشک پائے جی اما سید الشہداء فرمیند نے غازی تے کو مشک پوائی ہے جائے او کو رج رج کے ول ملیا وجہ